ਆ ਗਿਆ ਉਹ ਤਾਂ ਦੇਖਿਆ ਦੇਖਿਆ ਲੱਗਦਾ ਯਾਰ ਆਮ ਸ਼ਰੈਂਕ ਸ਼ਰੈਂਕ ਟ੍ਰੇਨ ਸ਼ੇਕ ਕੋਲ ਪੰਚਰ ਰੈਂਬਰ ਦੇ ਪੰਚਰ ਲੱਗਿਆ ਗੱਡੀ ਨੂੰ ਓਏ ਉੱਠੋ ਏ ਦੇਖ ਸਾਲੇ ਨੂੰ ਦੁਨੀਆਦਾਰੀ ਦਾ ਪਤਾ ਹੀ ਨਹੀਂ ਸਾਲਾ ਕਿਵੇਂ ਘੋੜੇ ਵੇਚ ਕੇ ਪਿਆ ਉੱਠੋ ਏ ਦੇਖ ਤਾਂ ਸਾਲੇ ਨੂੰ ਕੋਈ ਅਸਰ ਹੀ ਨਹੀਂ ਕੌਣ ਹੈ ਬਾਈ ਤੂੰ ਕੌਣ ਹੈ ਚਰੰਜਨ ਸਿੰਘ ਸਾਲਾ ਧਰਮਰਾਜ ਆ ਮੈਂ ਤੈਨੂੰ ਨਰਕ ਲੋਕ ਚ ਲੈ ਕੇ ਜਾਣਾ ਬਾਈ ਮੈਂ ਕਿਆ ਕਹਿ ਜਾਏ ਪ੍ਰਿਥਵੀ ਚ ਬਹੁਤ ਗੰਦ ਵਾ ਚੱਲ ਮੇਰੇ ਨਾਲ ਚਰੰਜਨ ਸਿੰਘ ਪਹਿਲੇ ਨੰਬਰ ਪਰ ਤੇਰਾ ਹੀ ਨਾਮ ਹੈ ਛੇਤੀ ਤਿਆਰ ਹੋ ਜਾ ਆਪਾਂ ਜਾਣਾ ਛੇਤੀ ਮੈਨੂੰ ਨਹੀਂ ਪਤਾ ਛੇਤੀ ਚੱਲ ਧਰਮਰਾਜ ਜੀ ਲੈ ਜ਼ਰੂਰ ਜਾਇਓ ਪਰ ਕੁਛ ਖਾਤਾ ਲਓ ਪਹਿਲਾਂ ਜੋ ਮਰਜ਼ੀ ਲਿਆ ਮੈਂ ਤੈਨੂੰ ਨਾਲ ਲੈ ਕੇ ਜਾਣਾ ਹੀ ਜਾਣਾ ਚਲੋ ਜੀ ਪਹਿਲਾਂ ਚਾਹ ਪਾਣੀ ਪੀ ਲੈਂਦੇ ਆਪਾਂ ਤੂੰ ਚਾਹ ਲਿਆ ਕੌਫੀ ਲਿਆ ਜੋ ਮਰਜ਼ੀ ਲਿਆ ਨਾਲ ਤਾਂ ਜਾਣਾ ਹੀ ਹੈ ਧਰਮਰਾਜ ਜੀ ਤੁਸੀਂ ਆਹ ਪੀਓ ਜੀ ਲਵੀ ਧਰਮਰਾਜ ਤਾਂ ਕਰਤਾ ਟੈਟ ਨਾਮ ਦੇਖ ਲਈ ਕਿੱਥੇ ਆ ਨੀਂਦ ਬੜੀ ਅੱਛੀ ਆਈ ਹਾਂਜੀ ਹਾਂਜੀ ਜਨਾਬ 5 ਮਿੰਟ ਤੱਕ ਆ ਗਿਆ ਜੀ ਆ ਗਿਆ ਤੂੰ ਬੰਦਾ ਬੜਾ ਗ੍ਰੇਟ ਹੈ ਤੈਂ ਮੇਰੀ ਸੇਵਾ ਪਾਣੀ ਦਾ ਬਹੁਤ ਕੀਤੀ ਹੈ ਪੁੱਤ ਯਾਦ ਰੱਖੀ ਅਗਲੇ ਹਫ਼ਤੇ ਮੈਂ ਆਉਂਗਾ ਲੈਣ ਤੈਨੂੰ ਸੰਤ ਜੀ ਨੂੰ ਫੋਨ ਕਰਨਾ ਪੈਣਾ ਆਪਨੇ ਜਿਸ ਬਾਬਾ ਜੀ ਕੋ ਫੋਨ ਕੀਆ ਹੈ ਵੋ ਅਭੀ ਭਗਤੀ ਮੇਂ ਵਿਅਸਤ ਹੈ ਕਿਰਪਿਆ ਬਾਅਦ ਮੇਂ ਫੋਨ ਕੀਜੀਏ ਫੋਨ ਨਹੀਂ ਚੱਕਦੇ ਸੰਤ ਜੀ ਭਗਤਾ ਉਹ ਭਗਤਾ ਭਗਤ ਜੀ ਉੱਠੋ
ਜੈ ਹੋਵੇ ਲਾਲਪੁਰ ਵਾਲਿਆਂ ਬਾਬਿਆਂ ਦੀ। ਬਾਬਾ ਜੀ ਬਹੁਤ ਬੜਾ ਸੰਕਟ ਖੜਾ ਹੋ ਗਿਆ ਇੱਕ। ਬੱਚਾ ਇੱਧਰ ਗੱਲ ਕਰੋ। ਬਾਬਾ ਜੀ ਬਹੁਤ ਬੜਾ ਸੰਕਟ ਖੜਾ ਹੋ ਗਿਆ ਇੱਕ। ਆਰਾਮ ਨਾਲ ਬੈਠ ਕੇ ਗੱਲ ਕਰੋ ਬੱਚਾ। ਬਾਬਾ ਜੀ ਅੱਜ ਸਵੇਰੇ ਮੇਰੇ ਕੋਲ ਧਰਮਨਾਜ ਆਇਆ ਸੀ। ਅੱਛਾ ਹਾਂਜੀ, ਕੀ ਕਹਿੰਦਾ ਤੈਨੂੰ? ਉਹ ਕਹਿੰਦਾ ਤੈਨੂੰ ਪ੍ਰਲੋਕ ਵਿੱਚ ਲੈ ਕੇ ਜਾਣਾ ਹੈ। ਕਿਉਂ, ਕੀ ਗੱਲ ਹੋ ਗਈ? ਗੱਲ ਤਾਂ ਬਾਬਾ ਜੀ ਕੁਛ ਨਹੀਂ ਹੋਈ। ਅੱਛਾ, ਫੇਰ ਕੁਛ ਨਾ ਕੁਛ ਤਾਂ ਗਲਤ ਕਰਿਆ ਹੋਣਾ ਬੱਚਾ, ਤਾਂ ਹੀ ਉਹ ਆਇਆ। ਬਾਈ ਜਿਹੜਾ ਤੁਸੀਂ ਮੰਤਰ ਦੱਸਿਆ ਸੀ ਮੈਨੂੰ, ਹਾਂ ਹਾਂ, ਉਹ ਮੈਨੂੰ ਜਿੰਨਾ ਵੀ ਯਾਦ ਸੀ ਮੈਂ ਰਾਤ ਨੂੰ 10 ਵਾਰ ਪੜਿਆ। ਉਹ ਮੂਰਖਾ, ਉਹ ਦਿਨ ਦੇ ਵਿੱਚ 3 ਵਾਰ ਜਪਣ ਨੂੰ ਗਿਆ ਸੀ ਤੈਨੂੰ ਮੈਂ, ਉਹ ਤੂੰ 3 ਵਾਰ ਕਿਉਂ ਪੜਿਆ? ਬਾਬਾ ਜੀ ਹੁਣ ਕੋਈ ਹਿੱਲਾ ਕਰੋ, ਉਹਨੇ ਮੈਨੂੰ ਹਫ਼ਤੇ ਬਾਅਦ ਦਾ ਟਾਈਮ ਦਿੱਤਾ ਵੀ ਤੈਨੂੰ ਹਫ਼ਤੇ ਬਾਅਦ ਮੈਂ ਲੈ ਕੇ ਜਾਊਂਗਾ, ਉਹਨਾਂ ਨੂੰ ਫੋਨ ਕਰਕੇ ਕਹੋ। ਹਾਂ ਮੈਂ ਕਰਦਾ, ਕੋਈ ਨਾ ਕੋਈ ਹਿੱਲਾ ਕਰਦਾ। ਹੈਲੋ, ਹਾਂ ਵੀ ਧਰਮੇ ਕਿਵੇਂ ਆ? ਅੱਛੇ ਹਾਂ। ਉਹ ਯਾਰ ਕੀ ਗੱਲ ਹੋ ਗਈ, ਉਹ ਸਾਡਾ ਭਗਤ ਬੜਾ ਡਰਿਆ ਫਿਰਦਾ ਅੱਜ। ਅੱਛਾ ਅੱਛਾ, ਚਰੰਜਣ ਸਿੰਘ, ਉਹ ਸਾਲੇ ਬਦਤਮੀਜ ਇਨਸਾਨ ਨੇ ਪ੍ਰਿਥਵੀ ਲੋਕ ਤੇ ਬਹੁਤ ਗੰਦ ਪਾਇਆ ਹੋਇਆ। ਅੱਛਾ, ਨਹੀਂ ਨਹੀਂ, ਐਂ ਤਾਂ ਬਦਤਮੀਜ ਨੂੰ ਮੈਂ ਨਾਲ ਲੈ ਕੇ ਜਾਣਾ ਹੀ ਆਣਾ। ਨਹੀਂ ਨਹੀਂ ਧਰਮੇ, ਗੁੱਸਾ ਨਹੀਂ ਕਰੀਦਾ ਹੁੰਦਾ ਯਾਰ, ਇਹ ਮੇਰਾ ਪੱਕਾ ਭਗਤ ਹੈ ਇਹ, ਯਾਰ ਬੰਦਾ ਬਹੁਤ ਵਧੀਆ ਇਹ। ਅੱਸੇ ਆਈ, ਤੂੰ ਕੰਮ ਕਰ, ਇਹਨੂੰ 25-30 ਸਾਲ ਹੋਰ ਜੀ ਲੈਣ ਦੇ, ਬਹੁਤ ਬੰਦਾ ਵਧੀਆ ਇਹ। ਚਲੋ ਜਿਵੇਂ ਤੁਸੀਂ ਕਹਿੰਦੇ ਉਵੇਂ ਕਰ ਲੈਂਦੇ, ਨਹੀਂ ਮੈਂ ਇਸ ਗੰਦ ਨੂੰ ਆਪਣੇ ਨਾਲ ਨੰਗਾ ਕਰਕੇ ਲੈ ਕੇ ਜਾਣਾ ਵਾ। ਚਲੋ ਠੀਕ ਹੈ ਜੀ, ਫਿਰ ਮੈਂ ਆਪਣੇ ਲੈਪਟਾਪ ਵਿੱਚ ਤੇ ਇਹਦਾ ਨਾਮ ਦੁਬਾਰਾ ਰਜਿਸਟਰ ਕਰ ਦਿੰਦਾ। ਹੋਰ ਵਧੀਆ ਸਭ? ਹਾਂਜੀ ਹਾਂਜੀ, ਸਭ ਅੱਛੇ ਹੈ। ਹਾਂ ਹਾਂ ਠੀਕ ਹੈ ਧਰਮੇ, ਲੰਘਦਾ ਵੜ ਜਾ, ਗੇੜਾ ਮਾਰ ਜਾ ਕਰ ਯਾਰ, ਮਦੀਰਾ ਪੀਏਂਗੇ। ਹਾਂਜੀ ਹਾਂਜੀ, ਲੰਘ ਤੇ ਵੜ ਤੇ ਆਪਕਾ ਮਦੀਰਾ ਵੀ ਪੀ ਜਾਏਂਗੇ। ਚੱਲ ਚੰਗਾ ਯਾਰ, ਫਿਰ ਮੈਨੂੰ ਭਗਤੀ ਚ ਲੀਨ ਹੋਣ ਦੇ, ਫਿਰ ਮਿਲਦੇ ਹਾਂ ਕਦੇ। ਠੀਕ ਹੈ ਸੰਤੋ। ਭਗਤਾ, ਹੁਣ ਆਪਾਂ ਨੇ ਤੇਰੀ 25-30 ਸਾਲ ਉਮਰ ਅੱਗੇ ਕਰਵਾ ਤੀ। ਅੱਛਾ ਬਾਬਾ ਜੀ। ਹਾਂ, ਹੁਣ ਤਾਂ ਕੋਈ ਵੀ ਇਹੋ ਜਿਹਾ ਗਲਤ ਕੰਮ ਨਹੀਂ ਕਰਨਾ ਜਿਸ ਨਾਲ ਇੱਥੇ ਲੋਕਾਂ ਨੂੰ ਨੁਕਸਾਨ ਪਹੁੰਚੇ। ਬਾਬਾ ਜੀ ਮੈਂ ਤੁਹਾਡਾ ਮੰਤਰ ਨਹੀਂ ਪੜ੍ਹਦਾ ਹੁਣ। ਨਹੀਂ ਨਹੀਂ, ਮੰਤਰ ਪੜ੍ਹਨਾ ਜ਼ਰੂਰ ਆ, ਦਿਨ ਦੇ ਵਿੱਚ 3 ਵਾਰ ਜ਼ਰੂਰ, 3 ਵਾਰ ਜ਼ਰੂਰ ਪੜ੍ਹਨਾ ਆਪਾਂ। ਬਾਬਾ ਜੀ ਤੁਹਾਡਾ ਇੱਕ ਵਾਰ ਸੰਤ ਵੀ ਹੁੰਦਾ ਤਾਂ ਉਹਦੇ ਨਾਲ ਵੀ ਤੇਰੇ ਵਾਲਾ ਹੀ ਕੰਮ ਹੋਇਆ। ਅੱਛਾ ਜੀ। ਉਹਨੇ ਦਿਨ ਦੇ ਵਿੱਚ 25-30 ਵਾਰ ਮੰਤਰ ਪੜ੍ਹ ਲਿਆ, ਕੱਲ੍ਹ ਉਹਨੂੰ ਆਪਾਂ ਜਲ ਪਰਵਾਹ ਕਰਕੇ ਆਏ। ਚਲੋ ਬਾਬਾ ਜੀ, ਧੰਨ ਹੈ ਤੁਸੀਂ। ਧੰਨ ਤਾਂ ਜ਼ਰੂਰ ਹੈ, ਪਰ ਤੂੰ ਗਲਤ ਕੰਮ ਨਹੀਂ ਇੱਥੇ ਕਰਨਾ ਹੈਗਾ। ਚਲੋ ਬਾਬਾ ਜੀ ਠੀਕ ਹੈ। ਬਾਬਾ ਜੀ ਦੀ ਜੈ ਹੋ, ਬਾਬਾ ਜੀ ਦੀ ਜੈ ਹੋ। ਜੈ ਹੋ ਬਾਬਾ ਜੀ ਦੀ। ਬਾਬਾ ਜੀ। ਹਾਂ ਬੋਲ ਬੱਚਾ। ਮੇਰਾ ਨਾ ਇੱਕ ਅੱਧੇ ਦਿਨ ਦੇ ਵਿੱਚ ਨਾ ਰਿਜ਼ਲਟ ਆਉਣਾ ਹੈ 12th ਦਾ। ਅੱਛਾ। ਹਾਂਜੀ, ਮੈਨੂੰ ਪਾਸ ਕਰ ਦਿਓ, ਕਿਰਪਾ ਕਰ ਦਿਓ ਜੀ ਮੇਰੇ ਪਰ। ਕੋਈ ਗੱਲ ਨਹੀਂ ਬੱਚਾ, ਹੋ ਜਾਏਗਾ ਪਾਸ। ਨਾਲੇ ਮੇਰੇ ਡੈਡੀ ਜੀ ਦੁਬਈ ਦੇ ਵਿੱਚ 5-star ਹੋਟਲ ਹੈ ਸਾਡਾ, 5-star। ਅੱਛਾ, ਕੋਈ ਗੱਲ ਨਹੀਂ ਬੱਚਾ, ਤੇਰੇ ਇਸ ਵਾਰ ਨਾ 75% ਨੰਬਰ ਆਉਣਗੇ। ਅੱਛਾ ਜੀ। ਹਾਂ ਬੱਚਾ। ਹੈਲੋ ਡੈਡੀ, ਬਾਬਾ ਜੀ ਕਹਿੰਦੇ ਐਤਕੀ ਮੇਰੇ 75% ਨੰਬਰ ਆਉਣੇ ਪੇਪਰਾਂ 'ਚ ਤੇ। ਬਾਬਾ ਜੀ ਐਤਕੀ ਤੁਹਾਨੂੰ ਅਸੀਂ 5-star ਹੋਟਲ ਵਿੱਚ ਰੋਟੀ ਖਿਲਾਵਾਂਗੇ। ਨਹੀਂ ਨਹੀਂ ਬੱਚਾ, ਤੇਰੇ ਨਾ ਇਸ ਵਾਰੀ 80% ਨੰਬਰ ਆਉਂਗੇ। 80% ਆਉਂਗੇ ਜੀ? ਹਾਂ। ਪੱਕਾ ਜੀ? ਪੱਕਾ ਪੱਕਾ ਪੱਕਾ। ਹੈਲੋ ਡੈਡੀ ਜੀ, ਬਾਬਾ ਜੀ ਕਹਿੰਦੇ ਐਤਕੀ ਤੇਰੇ 80% ਨੰਬਰ ਆਉਂਗੇ। ਠੀਕ ਹੈ ਬਾਬਾ ਜੀ, ਐਤਕੀ ਤੁਹਾਨੂੰ ਅਸੀਂ ਦਵਾਈ ਘੁਮਾਉਂਗੇ, ਨਾਲੇ ਤੁਹਾਨੂੰ 5-star ਹੋਟਲ ਵਿੱਚ ਰੋਟੀ ਵੀ ਖਿਲਾਵਾਂਗੇ। ਇਸ ਵਾਰ ਤੇਰੇ 95% ਆਉਣ ਦੀ ਉਮੀਦ ਹੈ। ਪੱਕਾ ਬਾਬਾ ਜੀ? ਹਾਂ। ਹੈਲੋ ਡੈਡੀ ਜੀ, ਬਾਬਾ ਜੀ ਕਹਿੰਦੇ ਐਤਕੀ ਤੇਰੇ 95% ਪੱਕਾ ਆਉਂਗੇ। ਠੀਕ ਹੈ ਜੀ। ਬਾਬਾ ਜੀ ਮੇਰੇ ਡੈਡੀ ਕਹਿੰਦੇ ਤੁਹਾਡੇ ਨਾਮ ਅਸੀਂ 5-star ਹੋਟਲ ਹੀ ਕਰ ਦੇਣਾ। ਬੱਚਾ ਫੋਨ ਤਾਂ ਤੇਰਾ ਬੰਦ ਪਿਆ, ਗੱਲਾਂ ਕਿਹਦੇ ਨਾਲ ਕਰੀ ਜਾਂਦਾ? ਦੇਖ ਬਾਬੇ, ਜਿਹੋ ਲੋਕਾਂ ਦਾ ਫੁੱਦੂ ਤੂੰ ਖਿੱਚਿਆ ਏ, ਉਨਾ ਕੁ ਤੇਰਾ ਖਿੱਚਦਾ ਮੈਂ ਫੁੱਦੂ। ਜਿਹੀ ਜੱਗ ਤੈਂ ਛੱਡੀ, ਉਹੀ ਜੱਗ ਮੈਂ ਛੱਡਤੀ। ਉਹ ਬੱਚਾ ਬਾਬਿਆਂ ਨੂੰ ਏਦਾਂ ਨਹੀਂ ਬੋਲੀਦਾ, ਪਾਪ ਲੱਗੂਗਾ। ਯਾਰ ਵਿੱਚ ਤਾਂ ਮੈਂ ਗਾਣੇ ਲਿਖ ਕੇ ਆਇਆ ਮੂਸੇ ਵਾਲੇ ਦੇ, ਨੰਬਰ ਮੇਰੇ ਟੱਟੂ ਆਣੇ ਉੱਥੇ ਭੂਪ ਨੇ ਇਕੱਠੇ ਕਰੇ ਆ। ਬਾਬਾ ਜੀ ਲੋਕਾਂ ਦਾ ਤਾਂ ਆਪਾਂ ਫੁੱਦੂ ਖਿੱਚਦੇ ਰਹੇ ਹਾਂ, ਇਹ ਆਪਣਾ ਹੀ ਬਣਾ ਗਿਆ।